ਸੱਚਕਾਲ ਐਫਐਮਆਈ ਨਿਊਜ਼ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਕੈਨੇਡਾ ਚੈਨਲ ਵਾਈ ਅਤੇ ਯੂਕੇ ਚ ਸੰਗਤ ਟੀਵੀ ਦੇਖ ਰਹੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਮੈਂ ਹਾਂ ਕਾਸੀ farooqੀ ਔਰ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਹੈਡਲਾਈਨਸ ਕਡੂਰ ਸਾਹਿਬ ਜ਼ਿਮਨੀ ਚੌਂ ਲਈ ਪਾਈ ਬਲਦੀਪ ਸਿੰਘ ਦੀ ਨਾਮਜ਼ਦਗੀ ਹੋਈ ਰੱਦ ਪੰਜਾਬ ਦੀ ਵੋਟਰ ਸੂਚੀ ਚ ਨਾਮ ਦਰਜ ਨਾ ਹੋਣ ਦਾ ਅਧਿਕਾਰੀਆਂ ਨੇ ਦੱਸਿਆ ਕਾਰਨ ਨੋਮੀਨੇਸ਼ਨ ਕੈਨਸਲ ਹੋਣ ਪਿੱਛੇ ਦੱਸਿਆ ਪਾਈ ਬਲਦੀਪ ਸਿੰਘ ਨੇ ਸਰਕਾਰ ਨੂੰ ਜ਼ਿੰਮੇਵਾਰ ਸਰਕਾਰ ਦੀ ਲੋਕਪ੍ਰਿਅਤਾ ਪਰਖਣ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਚੁਣੌਤੀ ਕਿ ਹਾ ਵਿਧਾਨ ਸਭਾ ਭੰਗ ਕਰਕੇ ਸਮੇਂ ਤੋਂ ਪਹਿਲਾਂ ਕਰਵਾਉਣ ਚੋਣਾ ਪਾਈ ਬਲਦੀਪ ਸਿੰਘ ਦੀ ਨਾਮਜ਼ਦਗੀ ਰੱਦ ਕਰਨ ਦੀ ਵੀ ਕੀਤੀ ਨਿੰਦਾ ਲੁਜੇਣਾ ਦੀ ਕੇਂਦਰੀ ਜੇਲ੍ਹ ਤੋਂ ਭਾਈ ਮੋਕਮ ਸਿੰਘ ਹੋਏ ਰਿਹਾ ਰਿਹਾਈ ਉਪਰੰਤ ਪੰਜਾਬ ਸਰਕਾਰ ਤੇ ਸਾਦੇ ਨਿਸ਼ਾਨੇ ਸਰਬੱਤ ਖਾਲਸਾ ਕਰਵਾਉਣ 'ਚ ਭਾਈ ਮੋਕਮ ਸਿੰਘ ਨੇ निभाई ਸੀ ਖਾਸ ਭੂਮਿਕਾ ਲੁਧਿਆਣਾ ਸਮਾਰਟ ਸਿਟੀ ਯੋਜਨਾ ਦੇ ਮੁਢਲੇ ਪ੍ਰੋਜੈਕਟ ਦਾ ਬਣਿਆ ਹਿੱਸਾ ਪਹਿਲੇ 20 ਸ਼ਹਿਰਾਂ ਚ ਆਇਆ ਨਾ ਦਿੱਲੀ ਚ ਕੇਂਦਰੀ ਮੰਤਰੀ ਵੈਂਕਈਆ ਨਾਡੂ ਨੇ ਕੀਤਾ ਐਲਾਨ ਮੁਸੀਬਤ ਚ ਫਸ ਸਕਦੇ ਨੇ ਕੇਰਲ ਦੇ ਮੁੱਖ ਮੰਤਰੀ 우ਮਾਨ ਚਾਂਡੀ ਸੋਲਰ ਕੁਟਾਲੇ ਮਾਮਲੇ ਚ ਅਦਾਲਤ ਨੇ ਐਫ ਆਈ ਆਰ ਦਰਜ ਕਰਨ ਦੇ ਦਿੱਤੇ ਹੁਕਮ ਫਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਪਾਈ ਬਲਦੀਪ ਸਿੰਘ ਦੇ ਕਾਗਜ਼ ਰਿਟਰਨਿੰਗ ਅਫਸਰ ਵੱਲੋਂ ਰੱਦ ਕਰ ਦਿੱਤੇ ਗਏ ਨੇ ਕਾਗਜ਼ ਰੱਦ ਕਰਨ ਪਿੱਛੇ ਕਾਰਨ ਪਾਈ ਬਲਦੀਪ ਸਿੰਘ ਦੀ ਇਲਾਕੇ 'ਚ ਵੋਟ ਨਾ ਹੋਣਾ ਦੱਸਿਆ ਜਾ ਰਿਹਾ ਹੈ ਪਾਈ ਬਲਦੀਪ ਸਿੰਘ ਵੱਲੋਂ ਵੋਟ ਨੂੰ ਲੈ ਕੇ ਅਪਲਾਈ ਕੀਤਾ ਗਿਆ ਸੀ ਪਰ ਅਜੇ ਤੱਕ ਉਹਨਾਂ ਦੀ ਵੋਟ ਨਹੀਂ ਸੀ ਬਣੀ ਇੱਕ ਹੋਰ ਉਮੀਦਵਾਰ ਦੇ ਵੀ ਕਾਗਜ਼ ਨਾਲੋਂ ਨਾਲ ਰੱਦ ਕੀਤੇ ਗਏ ਨੇ ਇਸੇ ਤਰ੍ਹਾਂ ਹੁਣ ਖਡੂਰ ਸਾਹਿਬ ਲਈ 8 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਨੇ ਭਾਈ ਬਲਦੀਪ ਸਿੰਘ ਨੂੰ ਸੰਤ ਸਮਾਜ ਅਤੇ ਸਵਰਾਜ ਲਹਿਰ ਦਾ ਸਮਰਥਨ ਪ੍ਰਾਪਤ ਸੀ ਭਾਈ ਬਲਦੀਪ ਸਿੰਘ ਦੇ ਕਾਗਜ਼ ਰੱਦ ਹੋਣ ਨਾਲ ਸੱਤਾਧਿਰ ਨੂੰ ਕਾਫੀ ਸਕੂਨ ਮਿਲਿਆ ਕਿਉਂਕਿ ਹੁਣ ਰਵਿੰਦਰ ਸਿੰਘ ਬ੍ਰਾਮਪੁਰਾ ਨੂੰ ਟੱਕਰ ਦੇਣ ਵਾਲਾ ਕੋਈ ਵੀ ਉਮੀਦਵਾਰ ਮੈਦਾਨ 'ਚ ਨਹੀਂ ਕਿਉਂਕਿ ਭਾਈ ਬਲਦੀਪ ਸਿੰਘ ਪੰਥਕ ਸ਼ਖਸੀਅਤ ਸਨ ਇਸ ਲਈ ਖਡੂਰ ਸਾਹਿਬ ਤੋਂ ਉਹਨਾਂ ਨੂੰ ਵੋਟਾਂ ਪੈਣ ਦੀ ਜ਼ਾਦਾਉ ਮੀ ਦਸਨ ਆਪਣੀ ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਪਾਈ ਬਲਦੀਪ ਸਿੰਘ ਨੇ ਪੰਜਾਬ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਸਾਰਿਆਂ ਨੂੰ ਪਤਾ ਹੈ ਕਿ ਕਿਹੜੇ-ਖੜੇ ਦਲ ਹਨ ਕਿ ਅਕਾਲੀ ਦਲ ਆਪਾਂ ਨੂੰ ਪਤਾ ਹੈ ਕਿ ਉਹ ਨਹੀਂ ਚਾਹੁੰਦਾ ਕਿ ਪਾਈ ਬਲਦੀਪ ਸਿੰਘ ਇਲੈਕਸ਼ਨ ਚੋਂ ਲੜੇ ਕਿ ਰਵਿੰਦਰ ਸਿੰਘ ਬ੍ਰਹਮਪੁਰਾ ਜਿਹੜੇ ਕਿ ਅਕਾਲੀ ਦਲ ਦੀ ਜਿਹੜੀ ਪਰਿਵਾਰਵਾਦ ਦੀ ਜਿਹੜੀ ਨੀਤੀ ਹੈ ਉਸ ਦੇ ਤਹਿਤ ਉਹਨਾਂ ਨੂੰ ਉਹਨਾਂ ਦਾ ਇਹ ਨਾਮੀਨੇਸ਼ਨ ਪਰਿਆ ਗਿਆ ਤੇ ਉਹਨਾਂ ਨੂੰ ਉਹ ਜਿਤਾਉਣਾ ਵੀ ਚਾਹੁੰਦੇ ਨੇ ਵਗੈਰਾ ਵਗੈਰਾ ਜੇ ਬਾ ਤਰਤੀਬ ਨਾ ਹੁੰਦੀ ਅਸੀਂ ਪੇਸ਼ ਵੀ ਨਾ ਕਰਦੇ ਸਾਰੇ ਨਾਮਜ਼ਦਗੀ ਆਪਣੀ ਵਾਪਸ ਲੈ ਲੈਣ ਪਤਾ ਲੱਗ ਜੂ ਸਾਰਿਆਂ ਨੂੰ ਸਮੇਤ ਕਾਲੀ ਦਲ ਦੇ ਮੈਂ ਕਹਿ ਰਿਹਾ ਹਾਂ ਰਵਿੰਦਰ ਨੂੰ ਵੀ ਇਹ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਿਦਾਇਤ ਵੀ ਕਰਦਾ ਕਿ ਆਪਾਂ ਇੱਕ ਸਬੂਤ ਦਈਏ ਔਰ ਪੂਰਾ ਦੇਸ਼ ਹੈਰਾਨ ਹੋ ਜੂ ਕਿ ਇਦਾਂ ਵੀ ਕਦੇ ਹੁੰਦਾ ਕਿ ਜੇ ਅਨਿਆਏ ਕੈਂਡੀਡੇਟ ਨਾਲ ਹੋ ਰਿਹਾ ਹੈ ਤੇ ਸਾਰੇ ਇਕੱਠੇ ਆ ਮੈਦਾਨ 'ਚ ਲੜਨ ਨੂੰ ਵੀ ਇਕੱਠੇ ਤਿਆਰ ਆ ਪਰ ਜੇ ਦਾ ਨਾਜਾਇਜ਼ ਹੋਏ ਤੇ ਫਿਰ ਅਸੀਂ ਸਾਰੇ ਕੈਂਡੀਡੇਟ ਵੀ ਬੰਨੇ ਹੋਨੇ ਇਥੇ ਪਤਾ ਲੱਗ ਜਾਊਗਾ ਕਿ ਇਮਾਨਦਾਰ ਕੌਣ ਹੈ ਔਰ ਕਲੰਕਿਤ ਕੌਣ ਹੈ ਉਧਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਕਾਂਗਰਸ ਤੇ ਲੱਗ ਰਹੇ ਇਲਜ਼ਾਮਾਂ ਦਾ ਜਵਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੁੱਜੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਕੈਪਟਨ ਨੇ ਕਿਹਾ ਕਿ ਖੜੂਰ ਸਾਹਿਬ ਤੋਂ ਉਹਨਾਂ ਦੇ ਵਿਧਾਇਕ ਰਮਜੀਤ ਸਿੰਘ ਸਿੱਕੀ ਨੇ ਇਸ ਮੁੱਦੇ ਨੂੰ ਆਧਾਰ ਬਣਾ ਕੇ ਅਸਤੀਫਾ ਦਿੱਤਾ ਸੀ ਤਾ ਉਹ ਬੈਦਬੀ ਮਾਮਲਾ ਉਵੇਂ ਦਾ ਉਵੇਂ ਹੈ ਇਸ ਲਈ ਜ਼ਿਮਨੀ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਨਾਲ ਹੀ ਆਮ ਆਦਮੀ ਪਾਰਟੀ ਬੇਮਤਲਵਾ ਰੌਲਾ ਪਾ ਰਹੀ ਹੈ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਹੈ ਇਸ ਦੇ ਨਾਲ ਹੀ ਪਾਈ ਬਲਦੀਪ ਸਿੰਘ ਦੀ ਨਾਮਜ਼ਦਗੀ ਰੱਦ ਹੋਣ ਤੇ ਵੀ ਉਹਨਾਂ ਅਕਾਲੀ ਦਲ ਦੀ ਤੱਕੇशाही ਨੂੰ ਹੀ ਕਾਰਨ ਮੰਨਿਆ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਇਹੀ ਕਰਨਾ ਹੈ ਇਹ ਹਰ ਵੇਲੇ ਅਹੀਂ ਤੱਕੇ ਨਾਲ ਲੋਕਾਂ ਨੇ ਕਾਗਜ਼ ਰਿਜੈਕਟ ਕਰਵਾ ਦਿੰਦੇ ਨੇ ਆਪਣੇ ਆਪ ਜਿੱਤਣ ਵਾਸਤੇ ਹੁਣ ਕੋਈ ਦੋ ਤਿੰਨ ਇੰਡੀਪੈਂਡੈਂਟ ਤੇ ਫਿਰ ਪਹਿਲਾਂ ਇਹ ਸਮਝਾਉਣ ਤਾਂ ਸਹੀ ਜਿਸ ਬੇਸਿਸ ਤੇ ਕਾਂਗਰਸ ਨੇ ਅਸੀਂ ਛੱਡਿਆ ਸੀ ਉਹ ਉੱਥੇ ਔਨ ਦੀ ਇਸ਼ੂ ਆਫ ਬੇਅਦਬੀ ਆਫ ਗੁਰੂ ਗ੍ਰੰਥ ਸਾਹਿਬ ਇਹਨਾਂ ਨੂੰ ਨਹੀਂ ਚੁੱਕਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਅਕਾਲੀਆਂ ਇਹ ਇਹ ਸ਼੍ਰੋਮਣੀ ਕਮੇਟੀ ਸਾਹਮਣੇ ਬੈਠੇ ਨੇ ਐਂਡ ਦੇ ਡੋਨਟ ਕੇਅਰ ਮਤਲਬ ਕੁਝ ਵੀ ਨਹੀਂ ਕਰਨ ਨੂੰ ਤਿਆਰ ਹੋ ਤਾਂ ਬਿਲਕੁਲ ਇੱਕ ਬੜੀ ਘਟਿਆ ਕਿਸਮ ਦੇ ਲੋਕ ਨੇ ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਇਸ ਨੂੰ ਪਾਸੇ ਕਰਕੇ ਆਪਣੀ ਇਲੈਕਸ਼ਨ ਲੜ ਰਹੇ ਕਿ ਕਹਾਣੀਆਂ ਬਣਾ ਰਹੇ ਨੇ ਇਹ ਜਿਹੜੀਆਂ ਇਹ ਕਿ ਅਸੀਂ ਪੱਛ ਗਏ ਵਾਈਸ਼ੂ ਇਹਨਾਂ ਨੇ ਵੀ ਅਸੀਂ ਕਦੇ ਕਾਂਗਰਸ ਨਹੀਂ ਰਣੀ ਇੱਕ ਇੱਕ ਵਾਰ ਦੀ ਕਾਂਗਰਸ ਬਾਇਕਾਟਡ ਅ ਜਨਰਲ ਇਲੈਕਸ਼ਨ ਉਸ ਤੋਂ ਬਾਅਦ ਇਹ ਦੂਜੀ ਵਾਰ ਹੈ ਬਿਕਾਜ਼ ਸਾਡੇ ਬੰਦਿਆਂ ਨੇ ਜੋ ਜੋ ਸਿੱਕੀ ਜੀ ਨੇ ਉਹਨਾਂ ਨੇ ਏਸੀ ਇਸ਼ੂ ਤੇ ਆਪਣਾ ਅਸਤੀਫਾ ਦਿੱਤਾ ਸੀ ਕੈਪਟਨ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੂਜਨ ਤੇ ਸ਼ਰੋਮਨੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸੋਈ ਨੇ ਕੈਪਟਨ ਦਾ ਯੂਨੀਵਰਸਿਟੀ ਆਨ ਤੇ ਵਿਰੋਧ ਕੀਤਾ ਸੋਈ ਦੇ ਨੇਤਾਵਾਂ ਨੂੰ ਮੌਕੇ ਤੇ ਹੀ ਪੁਲਿਸ ਨੇ ਹਿਰਾਸਤ ਚ ਲੈ ਲਿਆ ਤੇ ਸੋਈ ਨੇਤਾਵਾਂ ਨੇ ਕੈਪਟਨ ਤੇ ਯੂਨੀਵਰਸਿਟੀ ਨੂੰ ਸਿਆਸਤ ਦਾ ਅਖਾੜਾ ਬਣਾਉਂਦੇ ਇਲਜ਼ਾਮ ਵੀ ਲਗਾਏ ਥਿਸ ਸਟੂਡੈਂਟ ਰੈਕਸ਼ਨ ਹੈ ਇਹ ਕੋਈ ਪਾਰਟੀ ਕਰਨੀ ਹੈ ਇਹ ਸਾਰੇ ਸਟੂਡੈਂਟਸ ਇਕੱਠੇ ਹੋਏ ਹਨ ਔਰ ਇਹ ਜਵਾਬ ਮੰਗ ਰਹੇ ਹਨ ਇਹ ਸਿਰਫ ਵੋਟਸ ਕੇ ਲੀਏ ਹੋ ਰਹਾ ਹੈ ਜਾਂ ਇਹ ਇਲੈਕਸ਼ਨਰਾਂ ਦੇ ਇਨਕੀ ਲਈ ਕਰ ਰਹੇ ਹਨ ਅਗਰ ਕੀਤਾ ਹੈ ਤਾਂ ਰੀਅਲ ਇਨਕੋ ਯੂਥ ਕੇ ਲੀ ਇਨ ਕੋ ਇਤਨੀ ਹੋਤੀ ਜਬ ਤੱਕ ਇਹ 2002 ਸੇ ਸੀਐਮ ਰਹੇ ਹਨ ਸਟੂਨਵੈਲ ਫਿਰ ਵੀ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ ਸੋ ਹਮੇ ਇਹ ਵਾਈਟ ਪੇਪਰ ਆਇਆ ਅੰਮੀ ਅਨਸਰ ਚਾਹੀਏ ਕੇਂਦਰ ਸਰਕਾਰ ਜਿਹੜੇ ਸ਼ਹਿਰਾਂ ਨੂੰ ਪਹਿਲ ਦੇ ਆਧਾਰ ਤੇ ਸਮਾਰਟ ਬਣਾਏਗਾ ਉਸ ਚ ਲੁਧਿਆਣਾ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ ਇਸ ਤੋਂ ਬਾਅਦ ਲੁਧਿਆਣਾ ਵਾਸੀ ਕਾਫੀ ਖੁਸ਼ ਨੇ ਲੋਕਾਂ ਨੂੰ ਉਮੀਦ ਵੱਜੀ ਹੈ ਕਿ ਹੁਣ ਸ਼ਹਿਰ ਦਾ ਚੌਮੁਖੀ ਵਿਕਾਸ ਜ਼ਰੂਰ ਹੋਏਗਾ ਕੇਂਦਰ ਸਰਕਾਰ ਨੇ ਪਹਿਲੇ ਅਜਿਹੇ 20 ਸ਼ਹਿਰਾਂ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਚ ਸਮਾਰਟ ਬਣਾਇਆ ਜਾਏਗਾ। ਇਤੇਨਾ ਸ਼ਹਿਰਾਂ ਚੋਂ ਇੱਕ ਸ਼ਹਿਰ ਹੈ ਲੁਧਿਆਣਾ। ਕੇਂਦਰ ਸਰਕਾਰ ਨੇ ਪਹਿਲੇ ਅਜਿਹੇ 20 ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਚ ਭੁਵਨੇਸ਼ਵਰ, ਪੁਣਾ, ਜੈਪੁਰ, ਸੂਰਤ, ਕੋਚੀ, ਅਹਮਦਾਬਾਦ, ਜਬਲਪੁਰ, ਵਿਸ਼ਾਖਾਪਟਨਮ, ਨਵੀਂ ਦਿੱਲੀ ਸਮੇਤ ਲੁਧਿਆਣਾ ਸ਼ਾਮਿਲ ਹੈ। ਕੇਂਦਰੀ ਮੰਤਰੀ ਵੈਂਕਈਆ ਨੇ ਅਨੁਸਾਰ ਮੁਕਾਬਲੇ ਦੇ ਅਧਾਰ ਤੇ ਨਾ ਸ਼ਹਿਰਾਂ ਦੀ ਚੋਣ ਕੀਤੀ ਗਈ ਹੈ ਪਹਿਲੇ ਗ੍ਰੇਡ ਚ 20 ਅਤੇ ਅਗਲੇ 2-2 ਸਾਲਾਂ ਚ 40-40 ਸ਼ਹਿਰਾਂ ਨੂੰ ਸਮਾਰਟ ਸਿਟੀ ਪ੍ਰੋਜੈਕਟ ਲਈ ਚੁਣਿਆ ਜਾਏਗਾ ਹਰ ਸ਼ਹਿਰ ਨੂੰ ਅਗਲੇ 5 ਸਾਲਾਂ ਤੱਕ ਕੇਂਦਰ ਸਰਕਾਰ 1000 ਕਰੋੜ ਰੁਪਏ ਦੇਗੀ ਸ਼ਹਿਰੀ ਵਿਕਾਸ ਮੰਤਰੀ ਅਨੁਸਾਰ ਚੁਣੇ ਗਏ ਸ਼ਹਿਰਾਂ ਨੂੰ ਪਹਿਲੇ ਸਾਲ 2-200 ਕਰੋੜ ਰੁਪਏ ਤੇ ਬਾਅਦ ਵਿੱਚ 3-3 ਸਾਲ ਤੱਕ 100-100 ਕਰੋੜ ਰੁਪਏ ਦਿੱਤੇ ਜਾਣਗੇ ਇਨਿਸ਼ੀਅਲੀ देयर वाज ਕੰਪੀਟੀਸ਼ਨ ਵਿਥਿਨ ਦੈਟ ਸਟੇਟ ਵਾਈਲ ਰეკਮੈਂਡਿੰਗ ਦਿਸ ਟੂ ਸੈਂਟਰਲ ਗਵਰਨਮੈਂਟ depending on the population of the state, each state has been allocated a particular number of slots. so the states, after doing some preliminary exercise, have shortlisted some cities and forwarded the same to center. and the center did not do anything. we have put them through this process of. <laughs> ਵੀ ਲੁਧਿਆਣਾ ਸ਼ਹਿਰ ਦਾ ਨਾਮ ਜਿਹੜਾ ਹੈਗਾ ਉਹ 20 ਪਹਿਲੇ ਸਮਾਰਟ ਸਿਟੀਆਂ ਦੇ ਵਿੱਚ ਆਇਆ ਹੈ ਅਸੀਂ ਉਮੀਦ ਕਰਦੇ ਹਾਂ ਵੀ ਸਮਾਰਟ ਸਿਟੀ ਬਣਨ ਤੋਂ ਬਾਅਦ ਜਿਹੜੀ ਸ਼ਹਿਰ ਦੇ ਵਿੱਚ ਗੰਦਗੀ ਹੈ ਉਹ ਦੂਰ ਹੋਵੇ ਪ੍ਰਾਈਡ ਆਫ ਲੁਧਿਆਣਾ ਵੀ ਸੈਂਟਰ ਗਵਰਨਮੈਂਟ ਨੇ ਮੋਦੀ ਸਰਕਾਰ ਨੇ ਲੁਧਿਆਣੇ ਨੂੰ ਚੂਜ਼ ਕੀਤਾ ਹੈ ਸ਼ਹਿਰ ਮਤਲਬ ਸਾਰੇ ਹਿੰਦੁਸਤਾਨ ਦੇ 10 ਸ਼ਹਿਰਾਂ ਚੋਂ ਇੱਕ ਸਮਾਰਟ ਸਿਟੀ ਆਸਤੇ no doubt ਬਹੁਤ अच्छी ਗੱਲ ਹੈ ਇੱਥੇ ਹਰ ਚੀਜ਼ ਦੀ ਡਿਵੈਲਪਮੈਂਟ ਹੋਏਗੀ ਫਾਇਦਾ ਹੋਏਗਾ ਪੰਜਾਬ ਸਰਕਾਰ ਨੂੰ ਵੀ ਇਕਨੋਮਿਕਲੀ ਫਾਇਦਾ ਹੋਗਾ ਲੁਧਿਆਣੇ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਹੋਊ ਕਿਉਂਕਿ ਇਹ ਇੰਡਸਟਰੀਅਲ ਸਿਟੀ ਹੈ ਇੱਥੇ ਇੰਡਸਟਰੀ ਵੀ ਬੂਸਟ ਹੋਏਗੀ 스마트 ਸਿਟੀ ਵਿੱਚ ਆਪਾਂ ਦੇਖਣਾ ਚਾਹੁੰਦੇ ਆ ਕਿ ਫ੍ਰੀ ਵਾਈਫਾਈ ਹੋਵੇ ਇੱਕ ਤਾਂ ਸਾਰੇ ਪਾਸੇ ਫ੍ਰੀ ਵਾਈਫਾਈ ਹੋਵੇ ਤਾਂ ਕਿ ਲੋਕੀ ਸੋਸ਼ਲ ਮੀਡੀਆ ਨਾਲ ਜੁੜੇ ਰਹਿਣ ਦੂਸਰਾ ਸਾਈਡ ਸਿਕਿਉਰਿਟੀ ਵਾਸਤੇ ਕੈਮਰਾ ਸਗੇਰਾ ਲੱਗੇ ਹੋਣੇ ਚਾਹੀਦੇ ਆ ਤਾਂ ਕਿ ਅਗਰ ਕੋਈ ਵੀ ਪ੍ਰੋਬਲਮ ਹੁੰਦੀ ਆ ਲੋਕਾਂ ਨੂੰ ਵਗੈਰਾ ਤੇ ਉਹ ਸਾਰੇ ਹੱਲ ਕਿਤੇ ਆਣ ਤੇ ਪੁਲਿਸ ਵਗੈਰਾ ਵੀ ਹੋਣੀ ਚਾਹੀਦੀ ਹੈ ਜੀ ਯੂਜ਼ ਦੀ ਸਾਰੀ ਸਮਾਰਟ ਸਿਟੀ ਕਿਤੇ ਵੀ ਚੱਲ ਜੇ ਗੰਦਗੀ ਵਗੈਰਾ ਫੈਲੀ ਹੋਈ ਆ ਸਾਰੀ ਸਾਫ਼ ਹੋਣੀ ਚਾਹੀਦੀ ਹੈ ਗੰਦਗੀ ਏ ਟੂ ਜ਼ੈਡ ਜਿਹੜੇ ਇੱਥੇ ਲੋਕਲ ਪਬਲਿਕ ਆ ਸਾਰੇ ਨਾਲ ਸੰਯੋਗ ਕਰਨਾ ਚਾਹੀਦਾ ਆ ਬਸ ਕਿਤੇ ਵੀ ਬੱਲੀ ਕੰਟਰੀ ਘੁੰਮ ਜਾਈਦਾ ਬਨ ਦੇਖਣ ਨੂੰ ਅੱਛਾ ਲੱਗਦਾ ਕਿ ਲੋਕੀ ਬਾਹਰੋਂ ਆਣਾ ਤੁਹਾਨੂੰ ਇਹ ਚ ਚਿੰਗਾ ਲੱਗੇ ਦੇਖਣ ਨੂੰ ਉਹ ਦੇਖਣ ਇੱਥੇ ਆ ਗਏ ਸਾਰੇ ਪਹਿਲਾਂ ਤਾਂ ਇੱਥੇ ਸਫਾਈ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਔਰ ਸੜਕਾਂ ਗਲੀਆਂ ਜੋ ਵੀ ਹੈ ਕੂੜਾ ਕਰਕਟ ਪਬਲਿਕ ਵੀ ਸਾਥ ਦੇਵੇ ਤਾਂ ਤਾ ਹੀ ਅਸੀਂ ਅੱਗੇ ਵਧ ਸਕਦੇ ਹਾਂ ਇਸ ਪ੍ਰੋਜੈਕਟ ਵਿੱਚ 48000 ਕਰੋੜ ਰੁਪਏ ਦੀ ਵਿਵਸਥਾ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ ਅਤੇ ਪੈਸਾ ਸ਼ਹਿਰ ਨੂੰ ਸਮਾਰਟ ਬਣਾਉਣ ਤੇ ਖਰਚਿਆ ਜਾਏਗਾ। ਲੁਧਿਆਣਾ ਤੋਂ ਨਵੀਨ ਸ਼ਰਮਾ ਫਰੀ ਮੀਡੀਆ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਹੈ ਕਿ ਦਿੱਲੀ ਵਿੱਚ ਹੋਣ ਵਾਲੀ 26 ਜਨਵਰੀ ਨੂੰ ਗਣਤੰਤਰ ਦਿਹਾੜੇ ਦੀ ਪ੍ਰੇਡ ਸਮੇਂ ਫਰਾਂਸ ਦੇ ਰਾਸ਼ਪਤੀ ਸਾਹਮਣੇ ਦਸਤਾਰਦਾਰ ਸਿੱਖ ਫੌਜਾਂ ਦੀ ਰੇਂਜਮੈਂਟ ਨੂੰ ਸ਼ਾਮਿਲ ਨਾ ਕਰਨਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਨੂੰ ਇੱਕ ਰੋਸ ਪੱਤਰ ਲਿਖਣਗੇ ਅਵਤਾਰ ਸਿੰਘ ਨੇ ਕਿਹਾ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਹਾੜੇ ਸਮੇਂ ਹੋਣ ਵਾਲੀ ਪ੍ਰੇਡ ਵਿੱਚ ਸਿੱਖ ਰੇਜਿਮੈਂਟ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਜਦੋਂ ਕਿ 2015 ਦੇ ਗਣਤੰਤਰ ਦਿਹਾੜੇ ਮੌਕੇ ਅਮਰੀਕਾ ਦੇ ਰਾਸ਼ਪਤੀ ਬੁਰਾਕ ਓਬਾਮਾ ਦੇ ਪਰੇਡ ਵਿੱਚ ਸ਼ਾਮਲ ਹੋਣ ਸਮੇ ਬ੍ਰਿਗੇਡ ਆਫ ਗਾਰਡ ਰੈਜੀਮੈਂਟ ਦੇ ਨਾਲ ਸਿੱਖ ਰੈਜੀਮੈਂਟ ਨੂੰ ਸਾਂਝੇ ਤੌਰ ਤੇ ਬੈਸਟ ਮਾਰਚਿੰਗ ਕੌਂਟੀਜੈਂਟਸ ਐਵਾਰਡ ਦਿੱਤਾ ਗਿਆ ਸੀ ਨਾਲ ਹੀ ਜੇਪੀਸੀ ਪ੍ਰਧਾਨ ਨੇ ਨਾਰਾਜ਼ਗੀ ਦਰਜ ਕਰਵਾਉਂਦਿਆਂ ਕਿਹਾ ਹੈ ਕਿ ਪਰੇਡ ਵਿੱਚ ਸ਼ਾਮਲ ਫੌਜ ਦੇ ਤਿੰਨ ਅੰਗਾਂ ਦੀਆਂ ਵੱਖ-ਵੱਖ ਟੁਕੜੀਆਂ ਦੀ ਅਗਵਾਈ ਵੀ ਕਿਸੇ ਸਿੱਖ ਅਫਸਰ ਨੂੰ ਨਹੀਂ ਸੌਪੀ ਗਈ ਜੋ ਕਾਫੀ ਚਿੰਤਾ ਦਾ ਵਿਸ਼ਾ ਹੈ ਖਬਰ ਲੁਧਿਆਣਾ ਤੋਂ ਜਿੱਥੇ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਤੇ CIA ਸਟਾਫ ਅਤੇ GRP ਪੁਲਿਸ ਨੂੰ ਇੱਕ ਕਾਲੇ ਬੈਗ 'ਚ ਜਦੋਂ ਤਲਾਸ਼ੀ ਲਈ ਗਈ ਤਾਂ ਉਹਨਾਂ ਨੂੰ 2 12 ਬੋਰ ਦੀਆਂ ਬੰਦੂਖਾਂ ਇਸ ਤੋਂ ਮਿਲੀਆਂ ਅਤੇ ਨਾਲ ਹੀ ਕੁ ਮੋਬਾਈਲ ਦਾ ਬਿੱਲ ਵੀ ਦਸਤਾਵੇਜ਼ ਵਜੋਂ ਬਰਾਮਦ ਹੋਇਆ ਰੇਲਵੇ ਜੀਆਰਪੀ ਪੁਲਿਸ ਨੇ ਮੁਤਾਬਕ 26 ਜਨਵਰੀ ਨੂੰ ਲੈ ਕੇ ਹੁਣ ਤੱਕ ਰੇਲਵੇ ਸਟੇਸ਼ਨ ਤੇ ਲਗਾਤਾਰ ਗਸ਼ਤ ਕੀਤੀ ਜਾ ਰਹੀ ਸੀ ਅਤੇ ਗਸ਼ਤ ਦੇ ਦੌਰਾਨ ਹੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਤੇ ਇੱਕ ਟੇਬਲ ਤੇ ਇਹ ਲਾਵਾਰਿਸ ਬੈਗ ਮਿਲਿਆ ਜਦੋਂ ਬੈਗ ਦੀ ਤਲਾਸ਼ੀ ਲਈ ਗਈ ਤਾਂ ਇਸ ਵਿੱਚੋਂ ਦੋ ਬੰਦੂਕਾਂ ਬਰਾਮਦ ਹੋਈਆਂ ਚੈਕਿੰਗ ਦੌਰਾਨ ਸ਼ਾਮ ਨੂੰ ਹਮੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਪਰ ਕੋਟ ਢੰਡਾਰੀ ਸਾਈਡ ਵਾਲੇ ਸਿਰੇ ਪਰ ਨਾ ਇੱਕ ਬੈਗ ਮਿਲਿਆ ਲਾਵਾਰਿਸ ਉਹ ਕਾਫੀ ਦਰ ਤੱਕ ਉਸਕਾ दे निगरानी करते रहे लेकिन कोई लेने नहीं आया जब खोल के देखा तो बीच में दो राइफलें थी एक डबल बैरल बोर एक, एक सिंगल बैरल बोर तो कुछ दस्तावेज वहाँ से कब्जे में लिए हैं उस आधार पर देख रहे हैं कि पहले नजर में लगता है कोई रशीद नाम का लड़का शायद जे एंड के का कि उसी कैसे हार हो सकते हैं उसके जहाँ उसने चोरी की है किसी के सप्लाई करता हो हाँ मोबाइल नया परचेज हुआ है उसका बिल मिला है उस आई नंबर हमने वो लगाया हुआ है उस पर कोई अभी रिपोर्ट आने वाली है क्योंकि सिम नया चला होगा उसके एड्रेस पे आधार पे चल जाएंगे ਤੋ ਬਾਕੀ ਤਰਤੀ ਚੱਲ ਰਹੀ ਹੈ ਕੇਰਲ ਚ ਸੋਲਰ ਪਾਵਰ ਕੋਟਾਲੇ ਚ ਰਾਜ ਦੇ ਮੁੱਖ ਮੰਤਰੀ 우ਮਾਨ ਚਾਂਡੀ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਸੋਲਰ ਸਕੈਮ ਕੋਟਾਲੇ ਚ ਕੇਰਲ ਦੇ ਮੁੱਖ ਮੰਤਰੀ 우ਮਾਨ ਚਾਂਡੀ ਅਤੇ ਊਰਜਾ ਮੰਤਰੀ ਆਰਿਆਨ ਦਨ ਮੁਹੰਮਦ ਖਿਲਾਫ ਅਦਾਲਤ ਨੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਨੇ ਕੋਟਾਲੇ ਦੇ ਮੁੱਖ ਮਲਜ਼ਮ ਸਰੀਤਾ ਨਾਇਰ ਵੱਲੋਂ ਰਿਸ਼ਵਤ ਦਿੱਤੇ ਜਾਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਹੁਣ ਵੀਰਵਾਰ ਨੂੰ ਤ੍ਰਿਸ਼ੁਰ ਕੋਰਟ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ ਇਸ ਤੋਂ ਇਲਾਵਾ ਐਸ ਆਈ ਟੀ ਨੇ ਉਹਨਾਂ ਤੋਂ 14 ਘੰਟੇ ਤੱਕ ਪੁੱਛਗਿੱਛ ਕੀਤੀ ਸੀ ਉਧਰ ਅਦਾਲਤ ਦੇ ਇਨਾ ਹੁਕਮਾਂ ਤੋਂ ਬਾਅਦ ਸੂਬੇ ਦੀ ਸਿਆਸਤ ਕਾਫੀ ਗਰਮਾ ਗਈ ਹੈ ਤੇ ਭਾਜਪਾ ਤੋਂ ਸਸਪੈਂਡ ਕੀਤੇ ਗਏ ਲੋਕ ਸਭਾ ਮੈਂਬਰ ਕੀਰਤੀ ਆਜ਼ਾਦ ਨੇ ਦਿੱਲੀ ਦੇ ਜ਼ਿਲ੍ਹਾ ਕ੍ਰਿਕਟ ਸੰਘ ਯਾਨੀ ਡीडीसीए ਵਿੱਚ ਕਥਿਤ ਘੁਟਾਲੇਬਾਜ਼ੀ ਦੇ ਮੁੱਦੇ ਉੱਤੇ ਆਪਣੀ ਆਵਾਜ਼ ਹੋਰ ਬੁਲੰਦ ਕਰ ਲਈ ਹੈ ਇਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਮੋਦੀ ਸਰਕਾਰ ਵਿੱਤ ਮੰਤਰੀ ਅਰੁਣ ਜੇਟਲੀ ਅਤੇ ਸੀਬੀਆਈ ਨੂੰ ਅਦਾਲਤ ਵਿੱਚ ਲੈ ਕੇ ਜਾਣ ਦਾ ਮਨ ਬਣਾ ਲਿਆ ਹੈ ਕੀਰਤੀ ਆਜ਼ਾਦ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਕਥਿਤ ਘੁਟਾਲੇ ਦੀ ਐਸਆਈਟੀ ਜਾਂਚ ਲਈ ਦਿੱਲੀ ਕੋਰਟ ਵਿੱਚ ਪਟੀਸ਼ਨ ਦਾਇਰ ਕਰਨਗੇ। ਉਹਨਾਂ ਸਪੱਸ਼ਟ ਕੀਤਾ ਹੈ ਕਿ ਉਹ ਵਿੱਤ ਮੰਤਰੀ ਖਿਲਾਫ ਅਦਾਲਤ ਵਿੱਚ ਜਾਣਗੇ। ਕੀਰਤੀ ਆਜ਼ਾਦ ਨੇ ਸੀਬੀਆਈ ਨੂੰ ਪਿੰਜਰੇ ਵਿੱਚ ਬੰਦ ਤੋਤਾ ਵੀ ਦੱਸਿਆ। ਆਜ਼ਾਦ ਨੇ ਆਖਿਆ ਕਿ ਉਹਨਾਂ ਦੀ ਪਟੀਸ਼ਨ ਕੇਂਦਰ ਤੇ ਰਾਜ ਸਰਕਾਰ, ਸੀਬੀਆਈ, ਬੀਸੀਸੀਆਈ ਤੇ ਇਲਾਵਾ ਡीडीਸੀਏ ਦੇ ਸਾਰੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਦੇ ਖਿਲਾਫ ਹੋਏਗੀ। 28 ਉਹਨਾਂ ਨੇ 28 दिल्ली पुलिस को भी हम कहेंगे कि इनको भी मिर्ची खिलाइए थोड़ी सी। इनके यहां पर इनके आपस के एक दूसरे के खिलाफ किए कंप्लेंट हमारे द्वारा भेजे गए कंप्लेंट उस पर कोई कार्रवाई नहीं हो रही साथ ही साथ अगर एफआईआर किया है ओवरेज के डेढ़ साल पहले दो साल पहले का हमारा उसके ऊपर कुछ नहीं आया जबकि सीबीआई में एक अलग से सेल बनाया गया है स्पोर्ट्स में ओवरएज के लिए वह सामने नहीं आया है तो इन दो संस्थाओं पे सीबीआई पे और दिल्ली पुलिस को मिर्ची खिलाएं और अपने अंतर्गत इसका मॉनिटरिंग हो अगर चीफ जस्टिस मुडगिल द्वारा करी जाए तो हमें बड़ी प्रसन्नता होगी हम सभी उनका सम्मान करते हैं खुद ही वह खेल प्रेमी आदमी है तो ये हमारे मुख्य रूप से हमारे रिट पिटीशन में डिमांड होगा हिट एंड रन मामले च हाई कोर्ट तो बरी सलमान खान ने सुप्रीम कोर्ट च कैविएट पिटीशन दाखिल की थी हाई कोर्ट दे फैसले खिलाफ महाराष्ट्र सरकार ने सुप्रीम कोर्ट च अपील दायर की थी इस तो बाद सलमान खान ने अपनी पिटीशन च कहा कि महाराष्ट्र सरकार दी अपील ते सुनवाई या फैसले तो पहला ओना दी गल जरूर सुनी जावे ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਬਣਾਉਣਾ ਹੁਣ ਹੋਰ ਸੌਖਾ ਕਰ ਦਿੱਤਾ ਹੈ ਹੁਣ ਸਿਰਫ ਚਾਰ ਕਾਗਜ਼ਾਂ ਨਾਲ 7 ਦਿਨਾਂ ਦੇ ਅੰਦਰ ਪਾਸਪੋਰਟ ਬਣ ਕੇ ਤਿਆਰ ਹੋ ਜਾਏਗਾ ਪਾਸਪੋਰਟ ਬਣਾਉਣ ਲਈ ਪਹਿਲਾਂ ਤੋਂ ਪੁਲਿਸ ਵੈਰੀਫਿਕੇਸ਼ਨ ਦੀ ਲੋੜ ਨਹੀਂ ਹੋਏਗੀ ਪਾਸਪੋਰਟ ਬਣਨ ਤੋਂ ਬਾਅਦ ਪੁਲਿਸ ਵੱਲੋਂ ਵੈਰੀਫਿਕੇਸ਼ਨ ਕੀਤੀ ਜਾਏਗੀ ਵਿਦੇਸ਼ ਮੰਤਰਾਲੇ ਮੁਤਾਬਕ ਹੁਣ ਆਧਾਰ ਕਾਰਡ ਵੋਟਰ ਆਈਡੀ ਕਾਰਡ ਪੈਨ ਕਾਰਡ ਤੇ ਹਲਫਿਆ ਬਿਆਨ ਦੇਣ ਤੋਂ ਬਾਅਦ 7 ਦਿਨਾਂ ਦੇ ਅੰਦਰ ਪਾਸਪੋਰਟ ਬਣ ਕੇ ਤਿਆਰ ਹੋ ਜਾਏਗਾ ਖਾਸ ਗੱਲ ਇਹ ਹੈ ਕਿ ਇਸ ਲਈ ਕੋਈ ਵਾਧੂ ਫੀਸ ਨਹੀਂ ਦੇਣੀ ਹੋਏਗੀ ਪਾਸਪੋਰਟ ਦਫ਼ਤਰ ਵੱਲੋਂ ਪਹਿਲਾ ਹੀ ਆਨਲਾਈਨ ਅਪਲਾਈ ਕਰਨ ਦੀ ਵਿਵਸਥਾ ਹੈ ਪਰ ਪੁਲਿਸ ਵੈਰੀਫਿਕੇਸ਼ਨ ਵਿੱਚ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਇਸ ਕਾਰਨ ਪਾਸਪੋਰਟ ਬਣਨ ਵਿੱਚ ਕਾਫੀ ਦੇਰ ਹੋ ਜਾਂਦੀ ਸੀ ਵਿਦੇਸ਼ ਮੰਤਰਾਲੇ ਮੁਤਾਬਕ ਜੇਕਰ ਪਾਸਪੋਰਟ ਬਣਨ ਤੋਂ ਬਾਅਦ ਪੁਲਿਸ ਰਿਪੋਰਟ ਗਲਤ ਆਉਂਦੀ ਹੈ ਤਾਂ ਪਾਸਪੋਰਟ ਨੂੰ ਰੱਦ ਕਰਨ ਦੀ ਵਿਵਸਥਾ ਹੈ ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਮੁਤਾਬਕ ਆਉਣ ਵਾਲੇ ਦਿਨਾਂ ਚ ਪੁਲਿਸ ਵੈਰੀਫਿਕੇਸ਼ਨ ਲਈ ਐਪ ਵੀ ਲਾਂਚ ਕੀਤੀ ਜਾ ਰਹੀ ਹੈ ਮੁੱਖੀ ਅਧਿਕਾਰ ਸੰਗਠਨ ਹਿਊਮਨਸ ਰਾਈਟ ਵਾਚ ਤੇ ਐਮਨੇਸਟੀ ਇੰਟਰਨੈਸ਼ਨਲ ਨੇ ਵਿਦੇਸ਼ੀ ਫੰਡਿੰਗ ਨੂੰ ਰੋਕਣ ਅਤੇ ਗੈਰ ਸਰਕਾਰੀ ਸੰਗਠਨਾਂ ਤੇ ਇਹਨਾਂ ਤੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਕਰਕੇ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ ਸੰਗਠਨਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਸੁਰੱਖਿਤ ਨਹੀਂ ਨੇ ਅਤੇ ਮੋਦੀ ਸਰਕਾਰ ਘੱਟ ਗਿਣਤੀਆਂ ਤੇ ਵੱਡੇ ਹਮਲਿਆਂ ਨਾਲ ਨਜਿੱਠਣ ਵਿੱਚ ناکਾਮਯਾਬ ਰਹੀ ਹੈ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਮੋਦੀ ਸਰਕਾਰ ਨੇ ਆਲੋਚਨਾ ਕਰਨ ਵਾਲੀ ਸਿਵਲ ਸੁਸਾਇਟੀ ਸੰਗਠਨਾਵਾਂ ਤੇ ਬੈਨ ਲਾਇਆ ਹੋਇਆ ਹੈ। ਐਚਆਰਡਬਲਿਊ ਨੇ ਆਪਣੀ ਰਿਪੋਰਟ 2016 ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਧਾਰਮਿਕ ਘਟਗਿੰਤੀਆਂ ਤੇ ਵਾਅਦੇ ਹਮਲਿਆਂ ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ناکਾਮ ਰਹੀ ਹੈ। ਆਪਣੀ 659 ਪੰਨਿਆਂ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਅਧਿਕਾਰੀਆਂ ਨੇ ਵਿਦੇਸ਼ੀ ਫੰਡਾਂ ਨੂੰ ਜਾਮ ਕਰ ਰੱਖਿਆ ਹੈ। ਸਰਕਾਰ ਜਬ ਵੱਡੀਆਂ ਯੋਜਨਾਵਾਂਾਂ ਦੇ ਆਲੋਚਕ ਸੰਗਠਨਾਂ ਤੇ ਪਾਬੰਦੀ ਲਾ ਦਿੱਤੀ ਗਈ ਹੈ। ਅਮਰੀਕਾ ਚ ਭਾਰਤੀਆਂ ਨਾਲ ਹੋ ਰਹੇ ਭੇਦਭਾਵ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਭਾਰਤੀ ਮੂਲ ਦੇ ਬਰਤਾਨਵੀ ਨੌਜਵਾਨ ਮੁਤਾਬਕ ਉਸ ਨੂੰ ਨਸਲੀ ਤੌਰ ਤੇ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਨੌਜਵਾਨ ਅਮ੍ਰਿਤ ਸੁਰੈਣਾ ਨੇ ਦੱਸਿਆ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਡੈਟਰਾਇਟ ਹਵਾਈ ਅੱਡੇ ਤੇ ਪਹਿਲਾਂ 13 ਘੰਟੇ ਜਾਂਚ ਲਈ ਰੋਕੀ ਰੱਖਿਆ ਤੇ ਉਸ ਦੇ ਰੰਗ ਦੇ ਚੱਲਦੇ ਉਸ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਡਿਪੋਰਟ ਕਰ ਦਿੱਤਾ ਗਿਆ ਅਮਰੀਕਾ ਦੀ ਇੱਕ ਸਕਿਉਰਿਟੀ ਏਜੰਸੀ ਚ ਕੰਮ ਕਰਨ ਵਾਲਾ ਅਮ੍ਰਿਤ ਸੁਰੈਣਾ ਅਮਰੀਕਾ ਦੇ ਐਰੀਜ਼ੋਨਾ ਚ ਬਿਜ਼ਨਸ ਟ੍ਰਿਪ ਲਈ ਜਾ ਰਿਹਾ ਸੀ ਦੂਜੇ ਵਾਰ ਸੇ ਅਮਰੀਕੀ ਕਸਟਮਰ ਤੇ ਬਾਰਡਰ ਪ੍ਰੋਟੈਕਸ਼ਨ ਨੇ ਅਮਰੀਤ ਨੂੰ ਰਿਪੋਰਟ ਕੀਤੇ ਜਾਣ ਦੇ ਕਾਰਨਾਂ ਤੋਂ ਟਾਲਾਬਟ ਲਿਆ ਭਾਰਤੀ ਝੰਡਾ ਲਹਿਰਾਉਣ ਵਾਲੇ ਪਾਕਿਸਤਾਨੀ ਨਾਗਰਿਕ ਉਮਰ ਦਰਾਜ ਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ ਉਮਰ ਖਿਲਾਫ ਦੇਸ਼ ਦੇ ਸਵੈਮਾਨ ਨੂੰ ਢਾਹ ਲਾਉਣ ਦੇ ਜੁਰਮ ਦੀ ਇਸ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਉਸ ਅਧੀਨ 10 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ ਉਮਰ ਨੂੰ ਆਪਣੇ ਘਰ ਤੇ ਭਾਰਤੀ ਝੰਡਾ ਲਹਿਰਾਉਣ ਦੇ ਜੁਰਮ 'ਚ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰ ਕੀਤਾ ਗਿਆ ਉਮਰ ਦਰਾਜ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦਾ ਫੈਨ ਦੱਸਿਆ ਜਾ ਰਿਹਾ ਹੈ ਦਰਅਸਲ ਮੰਗਲਵਾਰ ਨੂੰ ਭਾਰਤ ਨੇ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਜਿੱਤ ਦਰਜ ਕਰਵਾਈ ਸੀ ਅਤੇ ਇਸ ਜਿੱਤ 'ਚ ਵਿਰਾਟ ਕੋਹਲੀ ਦੀ ਅਹਿਮ ਭੂਮਿਕਾ ਰਹੀ ਸੀ ਅਤੇ ਕੋਹਲੀ ਨੇ ਆਪਣੀ ਪਾਰੀ ਦੌਰਾਨ 90 ਦੌੜਾਂ ਦਾ ਯੋਗਦਾਨ ਦਿੱਤਾ ਇਹ ਜਿੱਤ ਦੀ ਖੁਸ਼ੀ 'ਚ ਉਮਰ ਨੇ ਆਪਣੇ ਘਰ ਦੀ ਛੱਤ 'ਤੇ ਭਾਰਤੀ ਝੰਡਾ ਲਹਿਰਾਇਆ ਸੀ ਇਨੇ ਦਿਨੀ ਕੈਨੇਡਾ ਦੀ ਸਰਕਾਰ ਸੀਰੀਆਈ ਸਰਨਾਰਥੀਆਂ ਦੀ ਖਾਤੇਦਾਰੀ ਚ ਜੁਟੀ ਹੋਈ ਹੈ ਕੈਨੇਡਾ ਚ ਸੀਰੀਆਈ ਸਰਨਾਰਥੀਆਂ ਦੀ ਸਾਮ ਸੰਭਾਲ ਸਰਕਾਰ ਅਤੇ ਹਿਤੈਸ਼ੀ ਲੋਕਾਂ ਲਈ ਵੱਡਾ ਮਸਲਾ ਬਣਿਆ ਹੋਇਆ ਹੈ ਨਵੀਂ ਬਣੀ ਲਿਬਰਲ ਸਰਕਾਰ ਨੇ ਮਾਰਚ ਤੱਕ 25000 ਸਰਨਾਰਥੀਆਂ ਨੂੰ ਕੈਨੇਡਾ ਲਿਆਉਣ ਦਾ ਵਾਅਦਾ ਪੂਰਾਉਣ ਚ ਲੱਗੀ ਹੋਈ ਹੈ ਇਨਾਂ ਚੋਂ 12000 ਸੀਰੀਆਈ ਸਰਨਾਰਥੀ ਕੈਨੇਡਾ ਪਹੁੰਚ ਵੀ ਚੁੱਕੇ ਨੇ ਸੂਤਰਾਂ ਮੁਤਾਬਕ 1000 ਸਰਨਾਰਥੀ ਟੋਰਾਂਟੋ ਦੇ ਹੋਟਲਾਂ ਚ ਰਹਿ ਰਹੇ ਨੇ ਆਵਾਸ ਮੰਤਰੀ ਮੁਤਾਬਕ ਸਪான்ਸਰ ਸ਼ਰਨਾਰਥੀਆਂ ਨੂੰ ਸਾਂਭਣ ਲਈ ਵਸੇਬਾ ਏਜੰਸੀਆਂ ਨੂੰ ਹਰ ਮਦਦ ਦਾ ਭਰੋਸਾ ਦਿੱਤਾ ਗਿਆ ਹੈ। ਪਾਕਿਸਤਾਨ 'ਚ ਹੁਣ ਸਿੱਖਿਆ ਸਣੇ ਘੱਟ ਗਿਣਤੀਆਂ ਨੂੰ ਇਸਲਾਮ ਪੜ੍ਹਨਾ ਜ਼ਰੂਰੀ ਨਹੀਂ ਹੋਏਗਾ। ਪਾਕਿਸਤਾਨ ਦੇ ਸਿੰਧ ਸੂਬੇ ਦੇ ਵਿਦਿਆਰਥੀਆਂ ਨੂੰ ਭਵਿੱਖ 'ਚ ਇਸਲਾਮ ਦੀ ਜ਼ਰੂਰੀ ਪੜ੍ਹਾਈ ਤੋਂ ਛੋਟ ਮਿਲ ਗਈ ਹੈ। ਇਸ ਦੀ ਥਾਂ ਘਟ ਗਿਣਤੀ ਵਿਦਿਆਰਥੀ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਹਾਸਲ ਕਰ ਸਕਣਗੇ ਸਿੰਧ ਪਾਠ ਪੁਸਤਕ ਬੋਰਡ ਦੇ ਪ੍ਰਧਾਨ ਸੈਦ ਜ਼ਾਕਿਰ ਅਲੀ ਸ਼ਾਹ ਨੇ ਇਸ ਦਾ ਐਲਾਨ ਕੀਤਾ ਹੈ ਬੋਰਡ ਦੇ ਪ੍ਰਧਾਨ ਮੁਤਾਬਕ ਸਰਕਾਰੀ ਸਕੂਲਾਂ ਚ ਸਿੱਖਿਆ ਸਮੇਤ ਘਟ ਗਿਣਤੀ ਭਾਈਚਾਰੇ ਦੇ ਵਿਦਿਆਰਥੀ ਆਪਣੇ ਧਰਮ ਮੁਤਾਬਕ ਪਾਠਕ੍ਰਮ ਦੀ ਸਿੱਖਿਆ ਲੈ ਸਕਣਗੇ ਇਸ ਪੁਸਤਕ ਨੂੰ اخਲਾਕੀਅਤ ਦਾ ਨਾਂ ਦਿੱਤਾ ਗਿਆ ਹੈ ਬੋਰਡ ਮੁਤਾਬਕ ਨਵਾਂ ਪਾਠਕ੍ਰਮ 1 ਅਪ੍ਰੈਲ ਤੋਂ ਸਿੰਧ ਦੇ ਸਾਰੇ ਸਕੂਲਾਂ ਚ ਲਾਗੂ ਕਰ ਦਿੱਤਾ ਜਾਏਗਾ ਨਿਊਜ਼ੀਲੈਂਡ ਚ ਵਿਦੇਸ਼ੀ ਵਿਦਿਆਰਥੀ ਹੁਣ ਪੜ੍ਹਾਈ ਦਾ ਕਰਜ਼ਾ ਲੈ ਕੇ ਰਫੂ ਚੱਕਰ ਨਹੀਂ ਹੋ ਸਕਣਗੇ ਨਿਊਜ਼ੀਲੈਂਡ ਸਰਕਾਰ ਪੜ੍ਹਾਈ ਦੇ ਨਾਂ ਤੇ ਕਰਜ਼ੇ ਲੈ ਕੇ ਸਰਕਾਰ ਨੂੰ ਚੂਨਾ ਲਗਾਉਣ ਵਾਲੇ ਵਿਦਿਆਰਥੀਆਂ ਪ੍ਰਤੀ ਕਾਫੀ ਸਖਤ ਹੋ ਗਈ ਹੈ ਪਿਛਲੇ ਦਿਨੀ ਸਰਕਾਰ ਨੇ ਆਇਲੈਂਡ ਦੇ ਪ੍ਰਧਾਨ ਮੰਤਰੀ ਦੇ ਇੱਕ ਭਤੀਜੇ ਦੀ ਇਸ ਦੋਸ਼ ਚ ਗ੍ਰਿਫਤਾਰੀ ਕਰਕੇ ਆਪਣਾ ਰੁਖ ਸਪਸ਼ਟ ਕਰ ਦਿੱਤਾ ਹੈ ਦੱਸ ਦਈਏ ਕਿ ਇੱਕ ਹੋਰ ਵਿਦਿਆਰਥੀ 64000 ਡਾਲਰ ਦਾ ਕਰਜ਼ਾ ਮੋੜਨ ਦੀ ਥਾਂ ਮੈਲਬਰਨ ਦੌੜ ਗਿਆ ਨਿਊਜ਼ੀਲੈਂਡ ਸਰਕਾਰ ਮਤਾਬਕ ਅਜੇਹੇ ਬੌਧਿਕ ਕੇਸਾਂ ਤੇ ਨਜ਼ਰ ਰੱਖ ਰਹੀ ਹੈ ਨਿਊਜ਼ੀਲੈਂਡ ਸਰਕਾਰ ਨੇ ਕਿਹਾ ਕਿ ਅਜਿਹੇ ਕੇਸਾਂ ਨਾਲ ਸਰਕਾਰੀ ਖਜ਼ਾਨੇ ਨੂੰ ਵੱਡੀ ਟਾ ਲੱਗ ਰਹੀ ਹੈ ਜਿਸ ਕਰਕੇ ਸਰਕਾਰ ਨੇ ਸਖਤੀ ਕਰਨ ਦਾ ਫੈਸਲਾ ਲਿਆ ਪਾਰਦੀ ਮੁੱਲ ਦੇ ਤਿੰਨ ਵਿਅਕਤੀਆਂ ਨੂੰ ਆਸਟ੍ਰੇਲੀਆ ਦਾ ਸਰਵਉੱਤਮ ਨਾਗਰਿਕ ਸਨਮਾਨ ਦਿੱਤਾ ਗਿਆ ਤਿੰਨਾਂ ਭਾਰਤੀਆਂ ਵਿੱਚ ਇਹ ਸਨਮਾਨ ਭੌਤਿਕ ਵਿਗਿਆਨ ਇੰਜੀਨੀਅਰਿੰਗ ਅਤੇ ਸਿਹਦੇ ਖੇਤਰ ਚ ਅਹਿਮ ਯੋਗਦਾਨ ਪਾਉਣ ਬਦਲੇ ਦਿੱਤਾ ਗਿਆ ਕੈਨਬਰਾ ਸਥਿਤ ਆਸਟ੍ਰੇਲੀਆਈ ਕਾਮਯੂਨੀਵਰਸਿਟੀ ਦੇ ਪ੍ਰੋਫੈਸਰ ਚੇਨੂਪੱਤੀ ਜਗਦੀਸ਼ ਨਿਊ ਸਾਊਥ ਵੇਲਜ਼ ਦੇ ਅੱਖਾਂ ਦੇ ਡਾਕਟਰ ਜੈਚੰਦਰਾ ਤੇ ਮੈਲਬਨ ਦੇ ਦੰਦਾਂ ਦੇ ਡਾਕਟਰ ਸੰਜੀਵ ਕੇਸ਼ੀ ਨੂੰ ਸਾਲ 2016 ਦਾ ਆਰਡਰ ਆਫ ਆਸਟ੍ਰੇਲੀਆ ਦਾ ਸਨਮਾਨ ਮਿਲਿਆ। ਇਹ ਸਨਮਾਨ ਦਾ ਐਲਾਨ ਆਸਟ੍ਰੇਲੀਆ ਦੇ ਕੌਮੀ ਦਿਹਾੜੇ ਮੌਕੇ ਕੀਤਾ ਗਿਆ। ਡਾਕਟਰ ਜਗਦੀਸ਼ ਨੂੰ ਇਹ ਅਵਾਰਡ ਭੌਤਿਕ ਵਿਗਿਆਨ ਤੇ ਇੰਜੀਨੀਅਰਿੰਗ ਦੇ ਖੇਤਰ 'ਚ ਯੋਗਦਾਨ ਨੂੰ ਵੇਖਦੇ ਹੋਏ ਦਿੱਤਾ ਗਿਆ। ਤੇ ਹੁਣ ਜਾਂਦੇ ਜਾਂਦੇ ਤੁਹਾਨੂੰ ਛੱਡ ਦਿੰਨੇ ਹਾਂ ਮਸ਼ਹੂਰ ਪੰਜਾਬੀ ਗਾਇਕ ਹੰਸ ਰਾਜ ਹੰਸ ਨਾਲ ਪੰਜਾਬੀ ਗਾਇਕੀ ਬਾਰੇ ਕੀਤੀ ਗਈ ਖਾਸ ਗੱਲਬਾਤ ਨਾਲ ਸ਼ੇਰ ਪੰਜਾਬ ਦੇ ক্রিকেট ਲੀਗ ਹੈ ਜਿਹੜੀ ਇਸ ਦੇ ਮੈਚ ਨੇ 6 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੇ ਉਸ ਨੂੰ ਸਪੋਰਟ ਕਰਨ ਪਹੁੰਚੇ ਨੇ ਪੰਜਾਬ ਦੀ ਸੁਰੀਲੀ ਆਵਾਜ਼ ਜੇਸੀਏ ਕਹਿੰਦੇ ਕਿ ਇਸ ਵੇਲੇ ਉਨਾ ਦਿਨ ਨਾਲ ਉਹਨਾਂ ਦੇ ਕਦਾਵਤ ਜੋ ਕੋਈ ਨਹੀਂ ਹੋ ਸਕਦਾ ਤਾਂ ਇਹਦੇ ਵਿੱਚ ਕੋਈ ਅਤਿਕਥਨੀ ਨਹੀਂ ਹੋਏਗੀ ਸਾਡੇ ਨਾਲ ਗੱਲ ਸਾਡੇ ਨਾਲ ਜੁੜ ਰਹੇ ਨੇ ਹੰਸਰਾਜ ਹਾਂਸੀ ਹਾਂਜੀ ਤੁਹਾਡਾ ਐਫਐਮਏ ਨਿਊਜ਼ 'ਚ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਹਾਂਜੀ ਇਸ ਲੀਗ ਨਾਲ 뮤직 ਔਰ ক্রিকেট ਬੜੇ ਅਲੱਗ-ਅਲੱਗ ਨੇ ਕਿਵੇਂ ਜੁੜੇ ਕਿਵੇਂ ਗੱਲ ਹੈ ਕਿ ਤੰਦਰੁਸਤ ਹੋਣਾ ਚੰਗੇ ਆਰਟਿਸਟ ਹੋਣਾ ਤੇ ਤੰਗੀ ਜ਼ਿੰਦਗੀ ਜੀਣ ਲਈ ਬੜਾ ਜ਼ਰੂਰੀ ਹੈ ਮੈਂ ਸਪੋਰਟਸ ਦਾ ਸ਼ੁਰੂ ਤੋਂ ਸ਼ੌਕੀਨ ਰਿਆਂ ਕੁੱਡੀ-ਕੁੱਡੀ ਵੈਸੇ ਅਸੀਂ ਪਿੰਡਾਂ 'ਚ ਦੇ ਦੇ ਰਹੇ ਕਬੱਡੀ ਵਗੈਰਾ ਰੈਸਲਿੰਗ ਕ੍ਰਿਕਟ ਕਿਉਂਕਿ ਬੇਟਾ ਮੇਰਾ ਉਹ ਉਹਨੇ ਉਹ ਓਨ ਕਰਦਾ ਪੰਜਾਬ ਦੇ ਸ਼ੇਰ ਸੀਸੀਐਲ 'ਚ ਉਹ ਜਿਹੜੇ ਸ਼ੇਰ ਪੰਜਾਬ ਦੇ ਟੀਮ ਹੈ ਨਾ ਇਹ ਦਾ ਓਨਰ ਉਹੀ ਆ ਤੇ ਉਹਨੇ ਫਿਰ ਮਿੱਤਰ ਪਿਆਰੇ ਨੇ ਸ਼ੁਰੂ ਤੋਂ ਹੀ ਕ੍ਰਿਕਟ ਲਈ ਉਹਨਾਂ ਦਾ ਜਨੂੰਨ ਆ ਨਵਰਾਜ ਜੀ ਦਾ ਤੋ ਉਹਦਾ ਕਰਕੇ ਫੇ ਬੱਚੇ ਦਾ ਔਰ ਜਿਹੜੇ ਉਹਦੇ ਬੱਚੇ ਦੇ ਨਾਲ ਆ ਕ੍ਰਿਕਟਰ ਐਕਟਰ ਸਿੰਗਰ ਸਾਰੇ ਸਪੋਰਟਰ ਉਹ ਵੀ ਮੇਰੇ ਛੋਟੇ ਭਰਾਵਾਂ ਬੱਚਿਆਂ ਵਰਗੇ ਉਹਨਾਂ ਨੂੰ ਸਪੋਰਟ ਕਰਨ ਆਇਆ ਮੈਂ ਨਸ਼ਿਆਂ ਦਾ ਦਰਿਆ ਵੀ ਚੱਲ ਰਿਹਾ ਹੋਇਆ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਠੱਲ ਪਾਉਣ ਲਈ ਤੁਸੀਂ ਵੀ ਕਿਤੇ ਨਾ ਕਿਤੇ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਰਹੇ ਹੋ ਔਰ ਉਸ ਤਰੀਕ ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਨਾ ਕਿਸੇ ਤਰੀਕੇ ਦੀ ਉਹ ਫੇਲ ਹੈਗੀ ਹੈ ਬਹੁਤ ਬਹੁਤ ਸੈਡ ਹੋ ਬਹੁਤ ਬੈਡ ਸੈਡ ਔਰ ਉਦਾਸੀ ਦਾ ਵਾਇਸ ਹੈ ਮੇਰੇ ਲਈ ਕਿ ਪੰਜਾਬ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਲੋਕ ਕਹਿਣ ਲੱਪਿਆ ਔਰ ਪੰਜਾਬ ਜਿੱਥੇ ਲੋਕੀ ਦੁੱਧ ਤੇ ਦੁੱਧ ਨੂੰ ਵੇਚਣਾ ਪੁੱਤ ਵੇਚਣਾ ਸਮਝਦੇ ਸੀ ਪੰਜਾਬ ਜਿੱਥੇ ਮੁੰਡੇ ਬੈਠਕਾਂ ਕੱਢਦੇ ਸੀ ਪੰਜਾਬ ਦੇ ਬੱਚੇ ਐਰ ਨਾ ਚੁੱਕਦੇ ਸੀ ਕੌਡੀ ਪਾਉਂਦੇ ਸੀ ਕੁਸ਼ਤੀ ਕਰਦੇ ਸੀ ਮਿੱਟੀ ਵਾਲੀ ਵੀ ਦੂਸਰੀ ਵੀ ਹੁਣ ਦੇਖ ਲਓ ਕਿ ਕਿੱਧਰ ਤੁਰ ਪਈ ਆ ਮੈਂ ਦੁਆ ਕਰਦਾ ਅਰਦਾਸ ਕਰਦਾ ਮਾਲਕ ਆਪ ਹੀ ਸਮਤ ਬਖਸ਼ੇ ਇਹ ਕਿਸੇ ਦੇ ਕੀਤੇ ਆ ਠੀਕ ਨਹੀਂ ਹੋਣੇ ਇਹ ਤਾਂ ਕੋਈ ਮਹਾਪੁਰਸ਼ ਆਏਗਾ ਅਰਦਾਸ ਕਰੇਗਾ ਫਿਰ ਠੀਕ ਹੋਣਾ ਨਹੀਂ ਤੁਹਾਨੂੰ ਕੀ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਦੀ ਫੇਲਿਅਰ ਹੈਗੀ ਹੈ ਕਿਉਂਕਿ ਕਿਤੇ ਨਾ ਕਿਤੇ ਜੋ ਨਸ਼ਾ ਹੈ ਜੋ ਕੁਝ ਵੀ ਚੱਲ ਰਿਹਾ ਹੈ ਉਹ ਕਿਤੇ ਨਾ ਕਿਤੇ ਉਸ ਨੂੰ ਸਰਕਾਰੀ ਸਰਪ੍ਰਸਤੀ ਹਾਸਿਲ ਹੈ ਸਰਕਾਰ ਤੇ ਹਰ ਸ਼ਾਇਦ ਇੰਡੀਆ ਦਾ ਹਰ ਸਿਟੀਜ਼ਨ ਹਰ ਗੱਲ ਸਰਕਾਰ ਤੇ ਮੜੀ ਜਾਂਦਾ ਜ਼ਿੰਦਗੀ ਸਾਡੀ ਖਰਾਬ ਹੁੰਦੀ ਜਾਂ ਸਰਕਾਰ ਦੀ ਹਰ ਬੰਦੇ ਨੂੰ ਸੋਚਣਾ ਚਾਹੀਦਾ ਕਿ ਮੈਂ ਸਫਾਈ ਰੱਖਣੀ ਹੈ ਬਾਹਰ ਧਰਤੀ ਦੀ ਵੀ ਤੇ ਅੰਦਰ ਦੀ ਵੀ ਜਦੋਂ ਅੰਤ ਪਹਿਲਾਂ ਅੰਦਰ ਦੀ ਸਫਾਈ ਹੋਏਗੀ ਬਾਹਰ ਦੀ ਹੋਏਗੀ ਜਦੋਂ ਅੰਦਰ ਦੀ ਸਫਾਈ ਹੋਏਗੀ ਫਿਰ ਦੁੱਧ ਪੀਣ ਨੂੰ ਦਿਲ ਕਰੇਗਾ ਦੇਸੀ ਘੇ ਘਾਣ ਨੂੰ ਦਿਲ ਕਰੇਗਾ ਸੋ ਇਹ ਸੰਤ ਹੰਸਰਾਜ ਸਾਹਿਬ ਜਿਨ੍ਹਾਂ ਨੇ ਸਾਫ ਸਾਫ ਕਿਹਾ ਹੈ ਕਿ ਸਭ ਕੁਝ ਸਰਕਾਰ ਹੀ ਨਹੀਂ ਕਰ ਸਕਦੀ ਨੌਜਵਾਨਾਂ ਨੂੰ ਵੀ ਹਮਲਾ ਮਾਰ ਕੇ ਅੱਗੇ ਆਉਣਾ ਚਾਹੀਦਾ ਤਾਂ ਕਿ ਜੋ ਛੇਵਾ ਦਰਿਆ ਨਸ਼ਾ ਦਾ ਵਗ ਰਿਹਾ ਉਸ ਤੇ ਠਲ ਪਾਈ ਜਾ ਸਕੇ ਕਾਸੀ ਫਾਰੂਕੀ ਫ੍ਰੀ ਮੀਡੀਆ ਚੰਡੀਗੜ੍ਹ ਫਿਲਹਾਲ ਖਬਰਾਂ ਦੇ ਬੁਲੇਟਿਨ ਦੇ ਵਿੱਚ ਨਹੀਂ ਨਵੀਂ ਅਤੇ ਤਾਜ਼ਾ ترین ਖਬਰਾਂ ਲਈ ਤੁਸੀਂ ਵੇਖਦੇ ਰਹੋ ਐਫ ਐਮ ਆਈ ਨਿਊਜ਼